ਮਾਰ ਦਿੱਤਾ ਇਹਨਾਂ, ਭੁੱਖੇ ਮਰਨਗੇ ਹੋਰ ਕੀ ਕਰਨਗੇ। ₹1000 ਬਿਜਲੀ ਦਾ ਬਿੱਲ ਘਰ ਆਇਆ ਪਿਆ। ਉਨਕੇ ਬਸ ਕਾ ਨਹੀਂ ਹੈ, ਯੇ ਹਕੂਮਤ ਚਲਾਨਾ। ਕਿਸਕੇ ਬਸ ਕਾ ਹੈ? ਜਿਨਕਾ ਬਸ ਕਾ ਥਾ ਉਨਕੋ ਉਨਹੋਨੇ ਪੀਛੇ ਕਰ ਦਿਆ ਹੈ। ਉਨਹੋਨੇ ਤਾਂ ਅੰਕਲ ਜੀ ਕਰਜ਼ੇ ਚੜਾਇਆ। ਅਰੇ ਛੋੜੋ ਯਾਰ, ਕਰਪਸ਼ਨ ਹੈ ਕੀ? ਉਸਸੇ ਜ਼ਿਆਦਾ ਕਰਜ਼ਦਾਰ ਹੋ ਗਿਆ ਆਪਕਾ ਮੁਲਕ। ਨਮਸਤੇ, ਮੈਂ ਹੂੰ ਸੁਰੇਸ਼ ਕੁਮਾਰ ਏਕਲਵਯ ਔਰ ਆਪ ਦੇਖ ਰਹੇ ਹੈ ਹਿੰਦੁਸਤਾਨ ਨਿਊਜ਼ ਐਂਡ ਟਿਪਸ। ਜਬ ਇਮਰਾਨ ਜੈਸੇ ਵਜ਼ੀਰ ਆਜ਼ਮ ਕਾ ਕਾਮ ਕਸ਼ਮੀਰ ਕਸ਼ਮੀਰ ਚਿਲਾਨਾ ਰਹਿ ਜਾਏ, ਜਬ ਜ਼ਿਆਦਾ ਵਕਤ ਟੋਕ ਸ਼ੋਅ ਮੇ ਗੁਜ਼ਾਰਾ ਜਾਏ ਔਰ ਆਪਣੇ ਕਾਰਨਾਮੋ ਕੋ ਬੜਾ ਚੜਾ ਕਰ ਪੇਸ਼ ਕੀਆ ਜਾਏ, ਫਿਰ ਪਾਕਿਸਤਾਨੀ ਆਵਾਮ ਕੇ ਮੈਲੇ ਤਹਿਮੰਦ ਕੈਸੇ ਸਾਫ ਹੋ ਸਕਤੇ ਹੈ। ਬੇਵਜਹ ਔਰ ਬੇਸਿਰ ਪੈਰ ਕੀ ਬਕੇਤੀ ਸੇ ਚੰਦ ਮਿੰਟ ਕੇ ਲੀਏ ਤਾਲੀਆਂ ਤੋ ਮਿਲ ਸਕਤੀ ਹੈ, ਮਗਰ ਜਨਤਾ ਕੋ ਸਕੂਨ ਦੇਣੇ ਕੇ ਲੀਏ ਕਾਮ ਕਰਨਾ ਪੜਤਾ ਹੈ। ਕਾਮ ਕਰਨੇ ਸੇ ਪਹਿਲੇ ਕਾਮ ਕੋ ਸਮਝਣਾ ਪੜਤਾ ਹੈ। ਅਬ ਪਤਾ ਨਹੀਂ ਕਿਸਨੇ ਇਮਰਾਨ ਕੋ ਯਹ ਬਾਤ ਸਮਝਾਤੀ ਹੈ ਕਿ ਕਸ਼ਮੀਰ ਕਸ਼ਮੀਰ ਕਹਿਣਾ ਔਰ ਮੋਦੀ ਮੋਦੀ ਚਿੱਲਾਨਾ ਹੀ ਪਾਕਿਸਤਾਨ ਚਲਾਨਾ ਹੈ। ਡੇਢ ਸਾਲ ਸਰਕਾਰ ਮੇ ਰਹਿਣੇ ਕੇ ਬਾਅਦ ਵੀ ਇਮਰਾਨ ਸਿਵਾਏ ਮੋਦੀ ਕਸ਼ਮੀਰ ਸੇ ਆਗੇ ਨਹੀਂ ਬੜ ਪਾਏ। ਇਸਕਾ ਪਰਿਣਾਮ ਯਹ ਹੁਆ ਕਿ ਕਸ਼ਮੀਰ ਤੋ ਗਿਆ ਸੋ ਗਿਆ, ਪਾਕਿਸਤਾਨੀ ਆਵਾਮ ਕੇ ਤਹਿਮਨ ਸੇ ਲੇਕਰ ਕੁਰਤੇ ਟੋਪੀ ਸਭ ਮੈਲੇ ਪੜੇ ਹੈ। ਪਰ ਬਾਵਜੂਦ ਇਸਕੇ ਇਮਰਾਨ ਅਬ ਵੀ ਕਸ਼ਮੀਰ ਰਾਗ ਮੇ ਉਲਝੇ ਹੈ। ਪਹਿਲੇ ਕਹਿਤੇ ਥੇ ਸਰਕਾਰ ਚਲਾਨੇ ਕਾ ਅਨੁਭਵ ਨਹੀਂ ਹੈ, ਸਿੱਖ ਜਾਏਂਗੇ, ਲੇਕਿਨ ਅਨੁਭਵ ਸੇ ਲਗਤਾ ਯੂੰ ਹੈ ਕਿ ਯਹੀ ਸਿੱਖਾ ਹੈ ਕਿ ਪਾਕਿਸਤਾਨੀ ਜਨਤਾ ਜਾਏ ਭਾੜ ਮੇ ਮਸਜਿਦ ਪਰ ਬਦੇ ਬੱਬੂ ਸੇ ਕਸ਼ਮੀਰ ਕੇ ਗੀਤ ਗਾਏਂਗੇ, ਮੋਦੀ ਕੀ ਬਰਾਬਰੀ ਕਰਾਏਂਗੇ, ਲੇਕਿਨ ਕਸ਼ਮੀਰ ਮੋਦੀ ਕੇ ਚੱਕਰ ਮੇ ਅਬ ਪਾਕਿਸਤਾਨ ਕਾ ਤੀਆ ਪਾਚਾ ਹੋ ਚੁਕਾ ਹੈ। ਹਾਲਤ ਯਹ ਹੈ ਕਿ ਗੈਰ ਸਰਕਾਰੀ ਆਂਕੜੋ ਕੇ ਮੁਤਾਬਿਕ ਮਹਿੰਗਾਈ ਦਰ 22% ਕੋ ਪਾਰ ਕਰ ਗਈ ਹੈ, ਜਬਕਿ ਵਰਸ 2019 ਮੇ 12 ਲੱਖ ਲੋਕ ਬੇਰੁਜ਼ਗਾਰ ਹੋ ਗਏ। ਸਾਥ ਹੀ 2020 ਮੇ ਕਰੀਬ 14 ਲੱਖ ਲੋਕੋ ਕੇ ਬੇਰੁਜ਼ਗਾਰ ਹੋਣੇ ਕਾ ਅੰਦੇਸ਼ਾ ਹੈ। ਗਰੋਥ ਰੇਟ 1.2% ਤੱਕ ਪਹੁੰਚ ਚੁਕਾ ਹੈ ਔਰ ਅਗਲੇ 1 ਸਾਲ ਮੇ ਯਹ 1.2% ਤੱਕ ਰਹਿ ਜਾਏਗਾ। ਕਰਜ਼ੇ 72 ਸਾਲੋ ਮੇ ਬੁਲੰਦੀ ਪਰ ਪਹੁੰਚ ਗਏ ਹੈ। ਅਬ ਲਗਤਾ ਯੂੰ ਹੈ ਕਿ ਪਾਕਿਸਤਾਨ 70 ਸਾਲੋ ਕੀ ਸਭਸੇ ਬੜੀ ਤਬਦੀਲੀ ਸੇ ਗੁਜ਼ਰ ਰਹਾ ਹੈ। ਆਜ ਜਿਸ ਮੁਲਕ ਕੋ ਭਾਰਤ ਕੀ ਤਰ੍ਹਾਂ ਵਿਕਾਸ ਕੀ ਰਾਹ ਪਕੜਨੀ ਚਾਹੀਏ ਥੀ, ਵਹ ਕਸ਼ਮੀਰ ਕੀ ਪੂਛ ਪਕੜਨੇ ਕੀ ਕੋਸ਼ਿਸ਼ ਕਰ ਰਹਾ ਹੈ, ਮਗਰ ਜਨਤਾ ਕੀ ਹਾਲਤ ਯਹ ਹੈ ਕਿ ਵਹ ਹਾਂਡੀ ਮੇ ਚਾਵਲ ਢੂੰਡ ਰਹੀ ਹੈ। ਯਾਨੀ ਪਾਕਿਸਤਾਨੀ ਜਨਤਾ ਬੇਰੁਜ਼ਗਾਰੀ, ਬਦਹਾਲੀ ਔਰ ਮਹਿੰਗਾਈ ਸੇ ਜੂਝ ਰਹੀ ਹੈ, ਜਬਕਿ ਇਮਰਾਨ ਖਾਨ ਕਸ਼ਮੀਰ ਕਸ਼ਮੀਰ ਖੇਲ ਰਹੇ ਹੈ। $23 ਕਾ ਲਿਆ ਕਰਜ਼ ਵੀ ਊਟ ਕੇ ਮੂੰਹ ਮੇ ਜੀਰਾ ਸਾਬਿਤ ਹੁਆ। ਜਨਤਾ ਪੂਛ ਰਹੀ ਹੈ, ਜਬ ਇਮਾਨਦਾਰ ਸਰਕਾਰ ਥੀ ਤੋ ਖਜ਼ਾਨਾ ਭਰਨੇ ਕੀ ਬਜਾਏ ਖਾਲੀ ਕਿਉਂ ਹੋ ਰਹਾ ਹੈ। ਲੇਕਿਨ ਲਗਤਾ ਯੂੰ ਹੈ ਕਿ ਅਬ ਇਮਰਾਨ ਕੋ ਸਮਝ ਮੇ ਆ ਰਹਾ ਹੈ ਕਿ ਬਿਨਾ ਭਾਰਤ ਕੇ ਸਹਿਯੋਗ ਕੇ ਪਾਕਿਸਤਾਨ ਕੀ ਤਰੱਕੀ ਨਾਮੁਮਕਿਨ ਹੈ। ਇਸ ਲਈ ਭਾਰਤ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜਬ ਚੀਨ ਮੇ ਫਸੇ ਪਾਕਿਸਤਾਨੀ ਨਾਗਰਿਕੋ ਕੋ ਨਿਕਾਲਨੇ ਕੀ ਬਾਤ ਕਹੀ ਤੋ ਇਮਰਾਨ ਕੋ ਕਾਫੀ ਸਕੂਨ ਮਿਲਾ। ਇਮਰਾਨ ਕੋ ਪਤਾ ਲੱਗ ਚੁਕਾ ਹੈ ਕਿ ਪਾਕਿਸਤਾਨ ਮੇ ਬੜੀ ਮਹਿੰਗਾਈ ਭਾਰਤ ਸੇ ਵਪਾਰ ਬੰਦ ਹੋਣੇ ਕੇ ਚਲਤੇ ਬੜੀ ਹੈ। ਮਹਿੰਗਾਈ ਕਾ ਸਭਸੇ ਜ਼ਿਆਦਾ ਅਸਰ ਸਬਜ਼ੀਓ ਔਰ ਦਾਲੋ ਸੇ ਸ਼ੁਰੂ ਹੁਆ, ਜੋ ਆਜ ਆਟੇ ਦਾਲ ਚੀਨੀ ਤੱਕ ਜਾ ਪਹੁੰਚਾ ਹੈ। ਜਨਤਾ ਬੇਹਾਲ ਹੈ ਔਰ ਦੈਨਿਕ ਉਪਭੋਗ ਕੀ ਵਸਤੂਏ ਅਬ ਉਸਕੀ ਪਹੁੰਚ ਸੇ ਦੂਰ ਨਿਕਲ ਚੁਕੀ ਹੈ। ਕੱਲ ਇਮਰਾਨ ਖਾਨ ਨੇ ਮੰਤਰੀ ਮੰਡਲ ਕੀ ਬੈਠਕ ਮੇ ਇਸ ਵਿਚਾਰ ਕੋ ਆਗੇ ਬਢਾਇਆ ਕਿ ਭਾਰਤ ਸੇ ਆਯਾਤ ਸ਼ੁਰੂ ਕਰਨੇ ਕਾ ਵਕਤ ਆ ਗਿਆ ਹੈ। ਅਬ ਇਸ ਫੈਸਲੇ ਕੋ ਅਧਿਕ ਦੇਰ ਕਿਨਾਰੇ ਕੀਆ ਤੋ ਦੇਸ਼ ਮੇ ਮਹਿੰਗਾਈ ਕੀ ਸੁਨਾਮੀ ਆ ਸਕਤੀ ਹੈ। ਇਸ ਲਈ ਪਾਕਿਸਤਾਨੀ ਅਧਿਕਾਰੀਓ ਕੋ ਨਿਰਦੇਸ਼ ਮਿਲੇ ਹੈ ਕਿ ਵਹ ਬੈਕਡੋਰ ਪੋਲਿਸੀ ਕੇ ਮਾਧਿਅਮ ਸੇ ਭਾਰਤ ਸੇ ਵਪਾਰ ਸ਼ੁਰੂ ਕਰਨੇ ਕਾ ਕੋਈ ਹੱਲ ਨਿਕਾਲੇ। ਯਾਨੀ 180 ਦਿਨ ਚੱਲਣੇ ਕੇ ਬਾਅਦ ਵੀ ਇਮਰਾਨ 2.5 ਕੋਸ ਨਹੀਂ ਪਹੁੰਚ ਪਾਏ। ਪਰ ਸਵਾਲ ਯਹ ਹੈ ਕਿ ਭਾਰਤ ਕਿਨ ਸ਼ਰਤੋਂ ਪਰ ਪਾਕਿਸਤਾਨ ਕੋ ਸਬਜ਼ੀਆਂ, ਦਾਲੇ, ਚੀਨੀ ਔਰ ਅਨਾਜ ਨਿਰਯਾਤ ਕਰੇਗਾ। ਪਾਕਿਸਤਾਨੀ ਪ੍ਰਧਾਨ ਮੰਤਰੀ ਔਰ ਵਿਦੇਸ਼ ਮੰਤਰੀ ਤੋਂ ਅਭੀ ਵੀ ਕਸ਼ਮੀਰ ਰਾਗ ਮੇ ਵਿਅਸਤ ਹੈ। ਪਾਕਿਸਤਾਨ ਇੱਕ ਤਰਫ ਤੋਂ ਭਾਰਤ ਕੋ ਅਸਥਿਰ ਕਰਨੇ ਕੀ ਚਾਲੇ ਚੱਲ ਰਿਹਾ ਹੈ, ਦੂਸਰੀ ਤਰਫ ਉਸਸੇ ਵਪਾਰ ਕਰਕੇ ਆਪਣੀ ਹਾਲਤ ਠੀਕ ਕਰਨੇ ਕੇ ਸਪਨੇ ਗੜ ਰਿਹਾ ਹੈ। ਯਾਨੀ ਪਾਕਿਸਤਾਨ ਕੋ ਆਪਣੀ ਤਰੱਕੀ ਕੇ ਲੀਏ ਭਾਰਤ ਕੀ ਜਾਂ ਬਹੁਤ ਜ਼ਰੂਰਤ ਹੈ, ਵਹੀਂ ਅਸਥਿਰ ਭਾਰਤ ਉਸਕੀ ਨੀਤੀ ਮੇ ਸਭਸੇ ਉੱਪਰ ਹੈ। ਐਸੇ ਮੇ ਇਨ ਦੋਨੋਂ ਪਹਿਲੂਓ ਮੇ ਸਾਮੰਜਸਯ ਬਿਠਾਨਾ ਉਸਕੇ ਲੀਏ ਬਹੁਤ ਮੁਸ਼ਕਿਲ ਹੋਗਾ, ਕਿਉਂਕਿ ਭਾਰਤ ਕੀ ਮੋਦੀ ਸਰਕਾਰ ਪਾਕਿਸਤਾਨ ਕੀ ਰਗ ਰਗ ਸੇ ਵਾਕਿਫ ਹੈ। ਇਮਰਾਨ ਕਾ ਭਾਰਤ ਵਿਰੋਧੀ ਪਾਕਿਸਤਾਨ ਕੀ ਆਰਥਿਕ ਬਦਾਲੀ ਕਾ ਜ਼ਿੰਮੇਦਾਰ ਹੈ, ਵਰਨਾ ਕਾਰਗਿਲ ਸੰਘਰਸ਼ ਕੇ ਬਾਵਜੂਦ ਵੀ ਭਾਰਤ ਨੇ ਉਸਸੇ ਮੋਸਟ ਫੇਵਰਡ ਨੇਸ਼ਨ ਕਾ ਦਰਜਾ ਨਹੀਂ ਛੀਨਾ ਥਾ। ਇਸ ਦਰਜੇ ਸੇ ਪਾਕਿਸਤਾਨ ਕੋ ਭਾਰੀ ਫਾਇਦਾ ਹੋ ਰਹਾ ਥਾ, ਪਰੰਤੂ ਪਾਕਿਸਤਾਨ ਕੋ MFN ਕਾ ਤਮਗਾ ਮਿਲੇਗਾ ਇਸਕੀ ਉਮੀਦ ਨਾ ਕੇ ਬਰਾਬਰ ਹੈ। ਇਸ ਲਈ ਪਾਕਿਸਤਾਨ ਕੋ ਭਾਰਤ ਸੇ ਆਯਾਤ ਨਿਰਯਾਤ ਮੇ ਕੋਈ ਵੀ ਛੂਟ ਨਹੀਂ ਮਿਲੇਗੀ। ਭਾਰਤ ਸੇ ਵਪਾਰ ਸ਼ੁਰੂ ਕਰਨੇ ਕੀ ਦਸ਼ਾ ਮੇ ਉਸਕੇ ਸਾਥ ਅਨਯ ਦੇਸ਼ੋ ਕੀ ਤਰ੍ਹਾਂ ਹੀ ਵਿਵਹਾਰ ਕੀਆ ਜਾਏਗਾ। ਬੜੀ ਬਾਤ ਯਹ ਹੈ ਕਿ ਭਾਰਤ ਕੋ ਇਮਰਾਨ ਸੇ ਸੰਬੰਧੀ ਸਥਾਪਿਤ ਕਰਨੇ ਕੀ ਖੁਜਲੀ ਨਹੀਂ ਹੈ, ਬਲਕਿ ਅੱਜ ਇਮਰਾਨ ਖੁਦ ਉਸ ਦੌਰ ਪਰ ਹੈ ਜਾਂ ਭਾਰਤ ਕੇ ਬਗੈਰ ਪਾਕਿਸਤਾਨ ਕੀ ਮੰਜ਼ਿਲ ਪੂਰੀ ਨਹੀਂ ਹੋਤੀ।
आशा है दोस्तों वीडियो पसंद आया होगा, आपसे शीघ्र भेंट होगी, तब तक के लिए अनुमति दीजिए। जय जवान, जय किसान, जय हिंद, वंदे मातरम।